जिला नवाशहर के गांव खान खाना के लखविंदर कौर, जिसकी हत्या उसके बेटे हरजीत सिंह उर्फ जीता का, दोनों के आपसी झगड़े में एक भारी चीज से सर पर वार करके कर दी थी, उसको आज पुलिस ने मात्र 10 घंटों में काबू कर लिया है। आरोपी को काबू करके उसको मानयोग्य अदालत में पेश करके इसका रिमांड लिया जाएगा। आरोपी ने ये हत्या नशे की लौर में की, क्योंकि वह पिछले काफी समय से नशे का आदी था। बंगा डिवीजन के डीएसपी नवदीप सिंह ने मीडिया को बताया कि कल थाना मुकंदपुर के अधीन गांव खान खाना की रहने वाली लखविंदर कौर की हत्या उसके अपने ही बेटे हरजीत सिंह उर्फ जीता ने घर में एक भारी चीज से उसके सर पर वार करके उसकी हत्या कर दी थी, जिसको आज पुलिस ने काबू कर लिया है। आरोपी हरजीत सिंह नशे का आदी था। मृतक लखविंदर कौर के बड़े बेटे के बयानों पर हरजीत के खिलाफ आईपीसी की धारा 302 के तहत मामला दर्ज कर दिया गया है। जी कल सानू पुलिस स्टेशन मुकंदपुर के एरिया दे विच पिंड पैंदा खान खाना, उतों एक इनफॉरमेशन आई सी कि एक लड़के ने अपनी मदर का सिर ते सट्टा मार के कतल कर दिता। पुलिस जो उत्थे पहुंची तो उत्थे सानू जसवंत सिंह उर्फ जस्सा एक लड़का मिला, जिसने दसा कि अपने ब्रदर नू घरे छड़ के अपनी माता कोल अपने फादर नू खाना देन गया सी, ते जदों 3 बजे के करीब वापस आया ते उन्हें आउंदे ने की सुनिया कि उहदी माता मार दिता दा रौला पा रही सी। उन्हें अंदर जाके जदों डंगरां वाले अंदर बरांडे च देखिया तां इहने अपनी माता दे नू जख्मी करके ते आप उत्थों वैपन लैके भज गया जिहड़ा इहदा ब्रदर है। माता दा नाम की है ते मारन वाले दा? इहनां दा जी नाम है लखविंदर कौर, 55 साल है एज इहनां दी, ते इन्हां दे बेटे दा नाम है हरजीत सिंह उर्फ जीता, जिन्हें उन्हां ते हमला कीता ते उन्हां नू मारिया। ਕਿੱਦਾਂ ਦਾ ਨਸ਼ਾ ਲੈਂਦਾ ਸੀਗਾ? ਜੋ ਸਾਲੇ ਸਾਹਮਣੇ ਆ ਵੀ ਇਹ ਕੋਈ ਕੰਮ ਕਾਰ ਨਹੀਂ ਕਰਦਾ ਸੀਗਾ, ਅਤੇ ਭੰਗ ਔਰ ਜਿਹੜੇ ਆਪਾਂ ਨੂੰ ਮਿਲ ਜਾਂਦੇ ਆ ਦੁਕਾਨਾਂ ਤੋਂ ਗਲੂ ਵਾਲੀਆਂ ਟਿਊਬਸ, ਉਹਨਾਂ ਦਾ ਇਸਤੇਮਾਲ ਕਰਦਾ ਸੀ। ਅਤੇ ਕਿਹੜੇ ਕਰਨ ਦਾ ਕਾਰਨ ਕੀ ਸੀ? ਕਾਰਨ ਇਹ ਸੀ ਜੀ ਬੇਸਿਕਲੀ ਅਤੇ ਮਦਰ ਇਹਦੀ ਜਿਹੜੀ ਆਦਤਾਂ ਨੇ ਉਹ ਤਾਂ ਦੁਖੀ ਸੀਗੀ, ਅਤੇ ਵਾਰ ਵਾਰ ਇਹਨੂੰ ਸਮਝਾਉਂਦੇ ਟੋਕਦੇ ਰਹਿੰਦੇ ਹੁੰਦੇ ਸੀਗੇ। ਕੱਲ੍ਹ ਵੀ ਕੰਮ ਜਦੋਂ ਕਰ ਰਹੇ ਸੀਗੇ ਘਰ ਦਾ, ਅਤੇ ਉਸ ਦੌਰਾਨ ਉਹ ਇਹ ਕਿਤੇ ਘਰੇ ਸੀ, ਤਾਂ ਉਹਨਾਂ ਨੇ ਇਹਨੂੰ ਕਿਹਾ ਵੀ ਤੂੰ ਇਹ ਗਲਤ ਕੰਮਾਂ ਤੋਂ ਹਟ ਜਾ, ਇਹ ਪੈਸੇ ਮੰਗ ਰਿਹਾ ਸੀ ਉਹਨਾਂ ਤੋਂ ਵੀ ਮੈਨੂੰ ਪੈਸੇ ਦਿਓ ਮੈਨੂੰ ਨਸ਼ਾ ਕਰਨਾ। ਜਦੋਂ ਉਹਨਾਂ ਨੇ ਮਨਾ ਕੀਤਾ ਤਾਂ ਇਹਨੇ ਗੁੱਸੇ 'ਚ ਆ ਕੇ ਅਤੇ ਉਹਨਾਂ ਦੇ ਸੱਟ ਮਾਰੀ। ਉਹ ਸੱਟ ਇੱਕ ਮਾਰਨ ਤੋਂ ਬਾਅਦ ਫਿਰ ਇਹਨੂੰ ਜਦੋਂ ਮਾਂ ਆਪਣੀ ਮਦਰ ਨੂੰ ਤੜਫਦਾ ਦੇਖਿਆ ਤਾਂ ਇਹਨੂੰ ਹੋਰ ਲੱਗਾ ਕਿ ਸ਼ਾਇਦ ਉਹਨੂੰ ਹੋਰ ਗੁੱਸਾ ਆਇਆ, ਅਤੇ ਉਹਨੇ ਹੋਰ 2-3 ਸੱਟਾਂ ਮਾਰ ਕੇ ਇਨਸ਼ੋਰ ਕੀਤਾ ਕਿ ਉਹਦੀ ਡੈਥ ਹੋ ਜੂ। ਅਤੇ ਕਿੱਥੋਂ ਅਰੈਸਟ ਕੀਤਾ ਗੱਲ ਹੈ ਇਹਨੂੰ? ਜੀ ਅਸੀਂ ਬੀਕਾ ਪੁਲ ਨਹਿਰ ਬੀਕਾ ਇਹਦੇ 'ਚ ਜੀ ਅਸੀਂ FIR ਨੰਬਰ 18 ਡੇਟਡ 7/5/19 ਅੰਡਰ ਸੈਕਸ਼ਨ 302 IPC ਪੁਲਿਸ ਸਟੇਸ਼ਨ ਮੁਕੰਦਪੁਰ ਵਿਖੇ ਦਰਜ ਕਰ ਲਿਆ। ਅਤੇ ਹੁਣ ਰਿਮਾਂਡ ਲਉਂਗੇ ਜਾਂ? ਜੀ ਹੁਣ ਇਹਦਾ ਰਿਮਾਂਡ ਲਿਆ ਜਾਏਗਾ ਜੀ। वहीं आरोपी हरजीत सिंह जीता ने बताया कि उसका अपनी मां के साथ किसी बात को लेकर झगड़ा हो गया था, जिसके चलते उसके हाथों मां का कत्ल हो गया। साथ ही उसने कहा कि वह नशे का भी आदी है। ਪੈਸੇ ਪੂਸੇ ਦਿੰਦੇ ਆ? ਨਹੀਂ ਪੈਸੇ ਨਹੀਂ, ਇਹ ਇਲਾਜ ਤੌਰ ਤੇ ਅਸੀਂ ਦੋਏ ਹੋਏ ਸੀ। ਨਹੀਂ ਨਸ਼ਾ ਲੈਂਦਾ ਸੀ ਪਹਿਲਾਂ? ਨਹੀਂ ਨਹੀਂ ਨਸ਼ਾ ਨਹੀਂ, ਉਹ ਸਾਡੇ ਉਦਾਂ ਵੀ ਉਦੂਆ ਨਹੀਂ, ਪਰ ਤੂੰ ਮਾਰ ਕੇ ਉਹਦੀ ਫੋਟੋ ਖਿੱਚੀ ਵੀ, ਉਹ ਫੋਟੋ ਖਿੱਚ ਕੇ ਵੀ ਦੱਸ ਕੇ ਗਿਆ ਮੈਂ ਸਿੰਡ ਕਰਨ ਲਗਾ ਇਹ ਤਾਂ ਇਹਨਾਂ ਨੂੰ। ਅੱਛਾ, ਉਹ ਫੋਨ ਨੰਬਰ 'ਤੇ ਹੋਣੀ ਨਹੀਂ ਜੀ, ਮੋਬਾਈਲ ਨੰਬਰ ਹੈ ਨਹੀਂ ਇਹਨਾਂ ਦਾ, ਫੋਨ ਨੰਬਰ 'ਤੇ ਫੋਨ ਕੀਤਾ ਨਾ ਮੈਂ, ਇੱਦਾਂ ਤਾਂ ਹੋ ਗਈ ਹੈ ਤੁਸੀਂ ਆ ਜਾਓ। ਹੁਣ ਕੀ ਪਛਤਾਵਾ ਹੈਗਾ? ਨਹੀਂ ਮਾੜਾ ਮੋਟਾ ਜੇ, ਬਾਕੀ ਦਿਹਾੜੀ ਦਿਹੁੜੀ ਜਿੱਥੇ ਮਿਲ ਜਾਣਾ ਜਿਹੜਾ ਕੰਮ ਮਿਲ ਜਾਣਾ ਕਰ ਲੈਣਾ। ਨਸ਼ੇ ਦਾ ਨਸ਼ਾ ਦਾ ਵੀ ਕਰਦਾ ਸੀ ਕੋਈ ਛੋਟਾ ਮੋਟਾ ਨਸ਼ਾ ਉੱਤੇ ਕੀ ਕਰਨਾ?
ਸਾਨੂੰ ਲਾਜ ਤੌਰ ਤੇ ਜੀ ਦਵਾਈ ਮਿਲਦੀ ਜਾਂ ਕਰਦੇ ਯਾਰ ਜਿਹੜਾ ਕਰਦਾ ਤੂੰ ਦੱਸ ਦੇ ਜੀ ਉਹ ਬਜਰੀ ਜਾਂ ਲਵਾਵਾ ਜੀ ਲਵਾਵੇ ਜੇ ਗੁਰੂ ਕਹੇ ਤੂੰ ਕਰ ਦਿੰਦਾ ਜੀ ਲਵਾਵੇ ਡੂਬ ਨਹੀਂ ਪਾਉਂਦੇ ਉਹ ਦੁਖਦਾ ਜੀ ਵੀਹ 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 ਮੇਰੇ ਕੋਲ ਆਉਂਦੀਆਂ ਸੀ ਉਹ ਕਦੇ ਕਿਸੇ ਟਾਈਮ ਕਦੇ ਇਹਦਾ ਲੜਾਈ ਨਹੀਂ ਹੋਈ ਮੇਰੀ ਕਦੇ ਵੀ ਇਹ ਉਦੋਂ ਪੁਰਾਣਾ ਮੈਟਰ ਪੁਰਾਣਾ ਕੇਸ ਸੀਗਾ ਉਹਦੇ ਕਰਕੇ ਲੜਾਈ ਜੀ ਹੋ ਗਈ ਠੀਕ ਬਲਾਚੌਰ ਨਵਾਂਸ਼ਹਿਰ ਸੇ ਤੇਜ ਪ੍ਰਕਾਸ਼ ਖਾਸਾ ਕੀ ਰਿਪੋਰਟ।